ਸਾਨੂੰ ਸੂਚਨਾ ਮਿਲੀ ਕਿ ਆਪਣੇ ਐਮ ਸੀ ਜਲੋਨੀ ਅਤੇ ਕਾਰ ਦੇ ਵਿੱਚ ਸਾਰ ਸਰਕਟ ਨਾਲ ਅੱਗ ਲੱਗ ਗਈ। ਅਸੀਂ ਉਹਨੂੰ ਤੁਰੰਤ ਜਿਵੇਂ ਕੋਲ ਆਈ ਅਸੀਂ ਉਹਨੇ ਆ ਗਏ ਚੌਕੇ 'ਤੇ ਆ ਕੇ ਅੱਗ ਕਾਰ 'ਤੇ ਕਾਬੂ ਪਾ ਲਿਆ। ਸ਼ਾਂਤ ਥੋੜ੍ਹਾ ਬਹੁਤ ਹੋ ਗਿਆ ਸਰ, ਪੈਰ ਅਗਲੇ ਵੱਜ ਗਏ। ਤਿੰਨ ਚਾਰ ਮਿੰਟ ਤੱਕ ਨਹੀਂ ਜੀ, ਅਜੇ ਕੋਈ ਪਤਾ ਨਹੀਂ ਦੱਸਿਆ। ਉਹ ਧੁੱਪ ਦੇ ਕਾਰਨ ਸ਼ੀਸ਼ੇ ਤੋਂ ਅੰਦਰ ਸੀਟ ਨੂੰ ਅੱਗ ਫੜ ਗਈ, ਉਹਦੇ ਕਰਕੇ ਸ਼ਾਇਦ ਲੱਗ ਸਕਦੀ ਹੈ ਅੰਦਾਜ਼ਾ। ਥੋੜ੍ਹੀ ਦੇਰ ਹੋਈ, 15 ਮਿੰਟ 10-15 ਮਿੰਟ ਹੀ ਹੋਏ ਆ। ਆ ਕੇ ਫਿਰ ਸਾਰਿਆਂ ਨੇ ਪੁਜਾਉਣ ਦੀ ਕੋਸ਼ਿਸ਼ ਕੀਤੀ, ਫਿਰ ਸਾਰਾ ਹੀ ਨੁਕਸਾਨ ਬਚੇ ਕੀ ਨਵੀਂ ਕਾਰ ਹੈ ਕਹਿੰਦੇ ਕੀ ਬਚੇ 2 ਮਹੀਨੇ ਪਹਿਲਾਂ ਸਾਰੀ ਸੜ ਗਈ। ਸਾਨੂੰ ਸੂਚਨਾ ਮਿਲੀ ਕਿ ਆਪਣੇ ਐਮ ਸੀ ਜਲੋਨੀ ਅਤੇ ਕਾਰ ਦੇ ਵਿੱਚ ਸਾਰ ਸਰਕਟ ਨਾਲ ਅੱਗ ਲੱਗ ਗਈ। ਅਸੀਂ ਉਹਨੂੰ ਤੁਰੰਤ ਜਿਵੇਂ ਕੋਲ ਆਈ ਅਸੀਂ ਉਹਨੇ ਆ ਗਏ ਚੌਕੇ 'ਤੇ ਆ ਕੇ ਕਾਰ 'ਤੇ ਕਾਬੂ ਪਾ ਲਿਆ। ਸ਼ਾਂਤ ਥੋੜ੍ਹਾ ਬਹੁਤ ਹੋ ਗਿਆ ਸਰ, ਪੈਰ ਅਗਲੇ ਵੱਜ ਗਏ। ਅਸੀਂ 3-4 ਮਿੰਟ ਤੱਕ ਖੜ੍ਹੇ ਨਹੀਂ ਜੀ, ਅਜੇ ਕੋਈ ਪਤਾ ਨਹੀਂ ਦੱਸਿਆ। ਉਹ ਧੁੱਪ ਦੇ ਕਾਰਨ ਸ਼ੀਸ਼ੇ ਤੋਂ ਅੰਦਰ ਸੀਟ ਨੂੰ ਅੱਗ ਫੜ ਗਈ, ਉਹਦੇ ਕਰਕੇ ਸ਼ਾਇਦ ਲੱਗ ਸਕਦੀ ਹੈ ਅੰਦਾਜ਼ਾ। ਥੋੜ੍ਹੀ ਦੇਰ ਹੋਈ, 15 ਮਿੰਟ 10-15 ਮਿੰਟ ਹੀ ਹੋਏ ਆ। ਆ ਕੇ ਫਿਰ ਸਾਰਿਆਂ ਨੇ ਪੁਜਾਉਣ ਦੀ ਕੋਸ਼ਿਸ਼ ਕੀਤੀ, ਫਿਰ ਸਾਰਾ ਹੀ ਨੁਕਸਾਨ ਬਚੇ ਕੀ ਨਵੀਂ ਕਾਰ ਹੈ ਕਹਿੰਦੇ ਕੀ ਬਚੇ 2 ਮਹੀਨੇ ਪਹਿਲਾਂ ਸਾਰੀ ਸੜ ਗਈ। ਸਾਨੂੰ ਸੂਚਨਾ ਮਿਲੀ ਕਿ ਆਪਣੇ ਐਮ ਸੀ ਜਲੋਨੀ ਅਤੇ ਕਾਰ ਦੇ ਵਿੱਚ ਸਾਰ ਸਰਕਟ ਨਾਲ ਅੱਗ ਲੱਗ ਗਈ। ਅਸੀਂ ਉਹਨੂੰ ਤੁਰੰਤ ਜਿਵੇਂ ਕੋਲ ਆਈ ਅਸੀਂ ਉਹਨੇ ਆ ਗਏ ਚੌਕੇ 'ਤੇ ਆ ਕੇ ਅੱਗ ਕਾਰ 'ਤੇ ਕਾਬੂ ਪਾ ਲਿਆ। ਸ਼ਾਂਤ ਥੋੜ੍ਹਾ ਬਹੁਤ ਹੋ ਗਿਆ ਸਰ, ਪੈਰ ਅਗਲੇ ਵੱਜ ਗਏ। ਅਸੀਂ 3-4 ਮਿੰਟ ਤੱਕ ਖੜ੍ਹੇ ਨਹੀਂ ਜੀ, ਅਜੇ ਕੋਈ ਪਤਾ ਨਹੀਂ ਦੱਸਿਆ। ਉਹ ਧੁੱਪ ਦੇ ਕਾਰਨ ਸ਼ੀਸ਼ੇ ਤੋਂ ਅੰਦਰ ਸੀਟ ਨੂੰ ਅੱਗ ਫੜ ਗਈ, ਉਹਦੇ ਕਰਕੇ ਸ਼ਾਇਦ ਲੱਗ ਸਕਦੀ ਹੈ ਅੰਦਾਜ਼ਾ। ਥੋੜ੍ਹੀ ਦੇਰ ਹੋਈ, 15 ਮਿੰਟ 10-15 ਮਿੰਟ ਹੀ ਹੋਏ ਆ। ਆ ਕੇ ਫਿਰ ਸਾਰਿਆਂ ਨੇ ਪੁਜਾਉਣ ਦੀ ਕੋਸ਼ਿਸ਼ ਕੀਤੀ, ਫਿਰ ਸਾਰਾ ਹੀ ਨੁਕਸਾਨ ਬਚੇ ਕੀ ਨਵੀਂ ਕਾਰ ਹੈ ਕਹਿੰਦੇ ਕੀ ਬਚੇ 2 ਮਹੀਨੇ ਪਹਿਲਾਂ ਸਾਰੀ ਸੜ ਗਈ। ਸਾਨੂੰ ਸੂਚਨਾ ਮਿਲੀ ਕਿ ਆਪਣੇ ਐਮ ਸੀ ਜਲੋਨੀ ਅਤੇ ਕਾਰ ਦੇ ਵਿੱਚ ਸਾਰ ਸਰਕਟ ਨਾਲ ਅੱਗ ਲੱਗ ਗਈ। ਅਸੀਂ ਉਹਨੂੰ ਤੁਰੰਤ ਜਿਵੇਂ ਕੋਲ ਆਈ ਅਸੀਂ ਉਹਨੇ ਆ ਗਏ ਚੌਕੇ 'ਤੇ ਆ ਕੇ ਅੱਗ ਕਾਰ 'ਤੇ ਕਾਬੂ ਪਾ ਲਿਆ। ਸ਼ਾਂਤ ਥੋੜ੍ਹਾ ਬਹੁਤ ਹੋ ਗਿਆ ਸਰ, ਪੈਰ ਅਗਲੇ ਵੱਜ ਗਏ। 3-4 ਮਿੰਟ ਤੱਕ ਖੜ੍ਹੇ ਨਹੀਂ ਜੀ, ਅਜੇ ਕੋਈ ਪਤਾ ਨਹੀਂ ਦੱਸਿਆ। ਉਹ ਧੁੱਪ ਦੇ ਕਾਰਨ ਸ਼ੀਸ਼ੇ ਤੋਂ ਅੰਦਰ ਸੀਟ ਨੂੰ ਅੱਗ ਫੜ ਗਈ, ਉਹਦੇ ਕਰਕੇ ਸ਼ਾਇਦ ਲੱਗ ਸਕਦੀ ਹੈ ਅੰਦਾਜ਼ਾ। ਥੋੜ੍ਹੀ ਦੇਰ ਹੋਈ, 15 ਮਿੰਟ 10-15 ਮਿੰਟ ਹੀ ਹੋਏ ਆ। ਆ ਕੇ ਫਿਰ ਸਾਰਿਆਂ ਨੇ ਪੁਜਾਉਣ ਦੀ ਕੋਸ਼ਿਸ਼ ਕੀਤੀ, ਫਿਰ ਸਾਰਾ ਹੀ ਨੁਕਸਾਨ ਬਚੇ ਕੀ ਨਵੀਂ ਕਾਰ ਹੈ ਕਹਿੰਦੇ ਕੀ ਬਚੇ 2 ਮਹੀਨੇ ਪਹਿਲਾਂ ਸਾਰੀ ਸੜ ਗਈ।